ਨਸੀਰਾਬਾਦ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸਰਕਾਰ ਵੱਲੋਂ ਆਯੁਸ਼ਮਾਨ ਭਾਰਤ ਸਿਹਤ ਸੰਭਾਲ ਬੀਮਾ ਯੋਜਨਾ ਤਹਿਤ ਈ ਕਾਰਡ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਣਾਏ ਗਏ। ਇਸ ਮੌਕੇ ਸਾਬਕਾ ਸਰਪੰਚ ਅਵਤਾਰ ਸਿੰਘ ਨੇ ਕਿਹਾ ਕਿ ਇਸ ਯੋਜਨਾ ਤਹਿਤ ਲੋੜਵੰਦ ਲੋਕਾਂ ਨੂੰ ਬਹੁਤ ਲਾਭ ਮਿਲ ਸਕਦਾ ਹੈ ਜੇਕਰ ਯੋਜਨਾ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ। ਇਸ ਮੌਕੇ ਸੰਦੀਪ ਮੈਨ ਨੇ ਕਿਹਾ ਕਿ ਹਰੇਕ BPL ਕਾਰਡ ਧਾਰਕ ਆਪਣਾ ਆਯੁਸ਼ਮਾਨ ਭਾਰਤ ਯੋਜਨਾ ਦਾ ਈ ਕਾਰਡ ਬਣਵਾ ਸਕਦਾ ਹੈ ਅਤੇ ਇਸ ਦੇ ਨਾਲ ਬਿਮਾਰੀ ਹਾਲਤ ਵਿੱਚ ਉਸਦਾ 5 ਲੱਖ ਰੁਪਏ ਤੱਕ ਦਾ ਇਲਾਜ ਸਰਕਾਰੀ ਜਾਂ ਨਿੱਜੀ ਹਸਪਤਾਲ ਵਿੱਚ ਕਰਵਾਇਆ ਜਾ ਸਕੇਗਾ। ਇਸ ਮੌਕੇ 60 ਈ ਕਾਰਡ ਬਣਾਏ ਗਏ। ਇਸ ਮੌਕੇ GOG ਅਜੀਤ ਸਿੰਘ, ਨਸੀਰਾਬਾਦ ਸੁੱਚਾ ਸਿੰਘ, ਹਰਭਜਨ ਦਵਿੰਦਰ ਸਿੰਘ ਲਾਡੀ, ਹਰਦੀਪ ਸਿੰਘ, ਕੈਪਟਨ ਨਿਰਮਲ ਸਿੰਘ, ਸਾਧੂ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਹਾਜ਼ਰ ਸਨ। ਪਿੰਡ ਨਸੀਰਾਬਾਦ ਵਿਖੇ ਸਿਹਤ ਬੀਮਾ ਯੋਜਨਾ ਦੇ ਜੋ ਪੰਜਾਬ ਸਰਕਾਰ ਵੱਲੋਂ ਕਾਰਡ ਬਣਾਏ ਜਾ ਰਹੇ ਹਨ, ਇਹ ਕਹਿਣਾ ਚਾਹੁੰਦੇ ਹਾਂ ਵੀ ਪਹਿਲਾਂ ਬਾਦਲ ਸਰਕਾਰ ਨੇ ਵੀ ਬਣਾਏ ਸੀ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ। ਉਹ ਲੋਕਾਂ ਦਾ ਇਹ ਕਹਿਣਾ ਵੀ ਜਿੱਥੇ ਲੈ ਕੇ ਜਾਂਦੇ ਕਾਰਡ ਉਹ ਲੈਂਦੇ ਨਹੀਂ ਸਾਡੇ ਤੋਂ, ਕਹਿੰਦੇ ਜੀ ਇਹ ਨਹੀਂ ਚੱਲਣੇ। ਅਤੇ ਇਹ ਵੀ ਇੱਦਾਂ ਨਾ ਹੋਵੇ, ਇਹ ਬਣਾਉਣ ਦਾ ਤਾਂ ਹੀ ਫਾਇਦਾ ਜੇ ਲੋਕਾਂ ਨੂੰ ਇਹਨਾਂ ਦਾ ਕੋਈ ਫਾਇਦਾ ਮਿਲੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਬਣਦੇ ਆ ਤਾਂ ਇਹਨਾਂ ਦਾ ਕੋਈ ਫਾਇਦਾ ਹੋਣਾ ਚਾਹੀਦਾ। ਲੋਕਾਂ ਗਰੀਬਾਂ ਦਾ ਜੇ ਜਿਹੜਾ ਕੋਈ ਨਹੀਂ ਇਲਾਜ ਕਰਾ ਸਕਦਾ ਉਹ ਇਸ ਕਾਰਡ 'ਤੇ ਜਾ ਕੇ ਆਪਣਾ ਇਲਾਜ ਕਰਾ ਸਕੇ, ਇਹਦਾ ਫਾਇਦਾ ਹੋਵੇ ਲੋਕਾਂ ਨੂੰ। ਬੀਮਾ ਯੋਜਨਾ ਜੀ, ਉਹਨੂੰ PMJAY ਵੀ ਕਹਿੰਦੇ ਆ, ਇਹਦਾ ਮਤਲਬ ਹੈ ਜੀ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ। ਇਹ ਸੈਂਟਰ ਵੱਲੋਂ ਚਲਾਈ ਗਈ ਯੋਜਨਾ ਆ। ਇਹਦੇ ਤਹਿਤ ਹਰ ਇੱਕ ਪਰਿਵਾਰ ਜਿਹੜਾ ਗਰੀਬ ਪਰਿਵਾਰ ਆ BPL ਲਿਸਟ ਦੇ ਵਿੱਚ ਆਉਂਦਾ ਆ, ਉਹ 5 ਲੱਖ ਤੱਕ ਸਰਕਾਰ ਸਾਲਾਨਾ ਉਹਨਾਂ ਨੂੰ ਸਿਹਤ ਦੇ ਰਿਗਾਰਡਿੰਗ ਸਹਾਇਤਾ ਪ੍ਰੋਵਾਈਡ ਕਰਵਾਏਗੀ। ਅੱਛਾ, ਮੈਨੂੰ ਦੱਸੋ ਕਿ ਜਿਹੜਾ ਪਰਿਵਾਰ ਦਾ ਮੁਖੀਆ ਇਕੱਲਾ ਉਹਦਾ ਹੀ ਕਾਰਡ ਬਣਦਾ ਜਾਂ ਸਾਰੇ ਪਰਿਵਾਰ ਦਾ ਹੀ? ਸਾਰੇ ਪਰਿਵਾਰ ਦਾ ਅਲੱਗ ਅਲੱਗ ਕਾਰਡ ਬਣੇਗਾ ਜੀ। ਜਿਹੜਾ ਪਰਿਵਾਰ ਦਾ ਮੈਂਬਰ ਇੱਥੇ ਅੰਗੂਠਾ ਲਗਾ ਕੇ ਵਿੱਚ ਸਿਸਟਮ ਦੇ ਆਪਣੇ ਆਪ ਨੂੰ ਰਜਿਸਟਰ ਕਰੇਗਾ, ਉਹੀ ਇਸ ਸਕੀਮ ਦੇ ਤਹਿਤ ਮਤਲਬ ਸਰਕਾਰ ਤੋਂ ਸਹਾਇਤਾ ਲੈਣ ਦੇ ਯੋਗ ਹੋਏਗਾ ਜੀ। ਕਾਰਡ ਇੱਕ ਹੋਏਗਾ ਪਰ ਮਤਲਬ? ਨਹੀਂ, ਕਾਰਡ ਵੀ ਅਲੱਗ ਅਲੱਗ ਹੋਣਗੇ ਜੀ। ਅੱਛਾ, ਅਤੇ ਜਿੱਦਾਂ ਜਿੱਦਾਂ ਮੈਂਬਰ ਆਈ ਜਾਣਗੇ ਉਹ ਆਪਣੇ ਫਿੰਗਰ ਦੇਣਗੇ ਅਤੇ ਅਲੱਗ ਅਲੱਗ ਰਜਿਸਟਰ ਹੋਣਗੇ। ਧਾਰਕ ਆ ਜਾਂ BPL ਲਿਸਟ ਦੇ ਵਿੱਚ ਨਾਮ ਆਉਂਦਾ ਆ, ਉਹ ਸਾਰੇ ਜਿੰਨੇ ਵੀ ਐਲੀਜੀਬਲ ਆਦਮੀ ਨੇ, ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ, ਉਹਨਾਂ ਨੂੰ ਇਸ ਸਕੀਮ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਗੌਰਮੈਂਟ ਵੱਲੋਂ ਕਰਵਾਈ ਜਾ ਰਹੀ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਦਿੱਤਾ ਜਾ ਰਿਹਾ। ਅਤੇ ਇਹਦੇ ਤਹਿਤ ਹਰ ਇੱਕ ਪਰਿਵਾਰ 5 ਲੱਖ ਤੱਕ ਆਪਣਾ ਇਲਾਜ ਕਰਵਾ ਸਕਦਾ ਆ। ਸੋ ਮੇਰੀ ਸਾਰਿਆਂ ਨੂੰ ਅਪੀਲ ਇਹੀ ਹੈ ਕਿ ਜਿਹੜੇ ਮਤਲਬ ਗਰੀਬ ਪਰਿਵਾਰ ਆ, ਗਰੀਬ ਤਬਕਾ ਆ, ਉਹ ਸਾਰੇ ਹੀ ਜਣੇ ਆਪਣੇ ਆਪ ਨੂੰ ਰਜਿਸਟਰ ਕਰਵਾਓ ਅਤੇ ਆਪਣਾ ਨਾਮ ਦੇ ਉੱਤੇ PMJAY ਪ੍ਰਧਾਨ ਮੰਤਰੀ ਜਨ ਆਰੋਗਯ ਦੇ ਤਹਿਤ ਆਪਣਾ ਆਯੁਸ਼ਮਾਨ ਸਿਹਤ ਬੀਮਾ ਕਾਰਡ ਬਣਾਓ ਤਾਂ ਜੋ ਉਹ ਗੌਰਮੈਂਟ ਵੱਲੋਂ ਦਿੱਤੀ ਜਾ ਰਹੀ ਸਹਾਇਤਾ ਲਈ ਯੋਗ ਹੋ ਸਕੇ।